ਕਿਸੇ ਵੀ ਕੰਮ ਨੂੰ ਹੱਥ ਲਾਣਾ ਅਰਦਾਸ ਤੋਂ ਬਿਨਾਂ ਹੱਥ ਨਹੀਂ ਲਾਣਾ। ਅਰਦਾਸ ਦੇ ਅੱਖਰ ਨਾਮ ਹੀ ਬੋਲਣੇ ਹੁੰਦੇ ਹੋਣ, ਤੁਹਾਡੀਆਂ ਅੱਖਾਂ ਚੋਂ ਨਿਕਲਿਆ ਹੋਇਆ ਪਾਣੀ ਹੀ ਅਰਦਾਸ ਬਣ ਜਾਏਗਾ। ਅਰਦਾਸ ਲਫ਼ਜ਼ ਕਹਿੰਦਿਆਂ ਹੀ ਰੱਬ ਦੇ ਗੁਣ ਵਿੱਚ ਆ ਜਾਂਦੇ ਆ। ਐੜੇ ਅੱਖਰ ਤੋਂ ਸ਼ਬਦ ਬਣਾਇਆ ਅੰਤਰਜਾਮੀ, ਜਿਸ ਅੱਗੇ ਤੂੰ ਅਰਦਾਸ ਕਰ ਲੱਗੇ ਇਮਾਨਦਾਰੀ ਵਰਤੀ, ਉੱਤੋਂ ਤੂੰ ਨਾਮ ਮੰਗੇ ਥੱਲਿਓ ਅੰਦਰੋਂ ਪਦਵੀ ਮੰਗਦਾ ਹੋਵੇ, ਰੱਬ ਜਾਣਦੇ ਤੂੰ ਕੀ ਕਰਨਾ ਪਿਆ। ਦੂਸਰਾ ਅੱਖਰ ਏ ਰਾਰਾ, ਰਾਰੇ ਤੋਂ ਬਣਾਇਆ ਸ਼ਬਦ ਰਖਵਾਲਾ, ਜਿੱਥੇ ਦੁਨੀਆਂ ਦੀ ਰਾਖੀ ਨਹੀਂ ਪਰਮਾਤਮਾ ਉੱਥੇ ਤੇਰੀ ਰਾਖੀ ਕਰਦਾ, ਰਾਰੇ ਦਾ ਅਰਥ ਰਖਵਾਲਾ। ਤੀਸਰਾ ਅੱਖਰ ਹੈ ਦੱਦਾ, ਦੱਦੇ ਦਾ ਅਰਥ ਹੈ ਦਾਤਾ, ਉਸ ਵਰਗਾ ਦਾਤਾ ਕੋਈ ਨਹੀਂ। ਤੇ ਅਖੀਰਲਾ ਅੱਖਰ ਸੱਸਾ, ਸੱਸੇ ਦਾ ਅਰਥ ਉਹ ਮਨਾ, ਜਿਸ ਦਿਨ ਤੇਰਾ ਇੱਕ ਇੱਕ ਸਹਾਰਾ ਮੁੱਕ ਜਾਏਗਾ, ਸੱਚ ਇਹ ਵੀ ਰੱਬ ਤੋਂ ਬਿਨਾਂ ਤੇਰਾ ਕਿਸੇ ਨੇ ਸਹਾਰਾ ਨਹੀਂ ਬਣਨਾ। ਅਰਦਾਸ ਭੇਟਾ ਤੇਰੀ ਭਾਵਨਾ ਦੀ ਚੱਲੇਗੀ,